ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਅਦਾਰੇ ਭ੍ਰਿਸ਼ਟ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਪੰਥਕ ਅਕਾਲੀ ਲਹਿਰ ਵੱਲੋਂ ਗੁਰਦਾਸਪੁਰ ਦੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿੱਚ ਜ਼ਿਲ੍ਹਾ ਪੱਧਰੀ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਪ੍ਰਧਾਨ, ਪੰਥਕ ਅਕਾਲੀ ਲਹਿਰ ਅਤੇ ਸੰਤ ਸਮਾਜ ਬਾਬਾ ਦੇ ਸਰਪ੍ਰਸਤ ਸਰਬਜੋਤ ਸਿੰਘ ਬੇਦੀ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸ਼ਾਮਿਲ ਹੋਈ ਅਤੇ ਸਿੱਖ ਸੰਗਤ ਨੂੰ ਪੰਥਕ ਅਕਾਲੀ ਲਹਿਰ ਨਾਲ ਜੁੜਨ ਲਈ ਅਪੀਲ ਕੀਤੀ। ਅਕਾਲੀ ਦਲ ਬਾਦਲ ਦੇ ਚੇਅਰਮੈਨ ਦੇ ਅਹੁਦੇ ਤੋਂ ਇਹਨਾਂ ਅਸਤੀਫਾ ਦਿੱਤਾ। ਬੜਾ ਪੰਥਕ ਪਰਿਵਾਰ ਔਰ ਹਮੇਸ਼ਾ ਉਹਨਾਂ ਤੋਂ ਬਾਅਦ ਸਰਦਾਰ ਰਜਿੰਦਰ ਸਿੰਘ ਜੀ ਛੰਨਾ ਵਾਲੇ ਜੋ ਪਟਿਆਲੇ ਤੋਂ ਪਹੁੰਚੇ ਨੇ, ਉਹਨਾਂ ਦਾ ਸਮਾਂ ਉਹਨਾਂ ਨੂੰ ਬੇਨਤੀ ਕਿ ਨੇੜੇ ਆ ਜਾਣ। ਅੱਜ ਜਿਸ ਅਸਥਾਨ ਤੇ ਅਸੀਂ ਸਾਰੇ ਇਕੱਤਰ ਹੋਏ ਹਾਂ, ਇਹ ਉਹ ਯੋਧਿਆਂ ਦੀ ਧਰਤੀ ਹੈ ਜਿਸ ਦੀ ਟਿਕਿਆ ਤੋਂ ਉਹਨਾਂ ਨੇ ਜੋ ਰੋਡ ਮਾਡਲ ਸੀਗਾ ਉਸ ਵਕਤ ਦਸਵੇਂ ਪਾਤਸ਼ਾਹ ਚੋਜੀ ਪ੍ਰੀਤਮ ਨੂੰ ਬਣਾਇਆ ਸੀਗਾ। ਚੋਜੀ ਪ੍ਰੀਤਮ ਨੇ ਜੋ ਦਾ ਭਾਣਾ ਵਾਪਰ ਗਿਆ, ਸਰਹੰਦ ਦਾ ਭਾਣਾ ਵਾਪਰ ਗਿਆ, ਸਾਰਾ ਕੁਝ ਤਹਿਸ ਨਹਿਸ ਹੋ ਗਿਆ ਸੀਗਾ। ਅਤੇ ਉਸ ਚੋਜੀ ਪ੍ਰੀਤਮ ਨੇ ਔਰੰਗਜ਼ੇਬ ਨੂੰ ਤੁਰ ਪਿਆ। ਮੈਂ ਆਪਣੇ ਹਲਕੇ ਤੋਂ ਸਭ ਤੋਂ ਸੰਵੇਦਨਸ਼ੀਲ ਹਲਕਾ ਮੇਰਾ ਮਜੀਠਾ, ਜਿਸ ਤੋਂ ਅਲੰਘੇ ਧੜ ਉਹਨਾਂ ਨੇ ਮੇਰੇ ਨਾਲ ਤੁਰਿਆ, ਉਹ ਇਹੋ ਹੀ ਦੱਸਣ ਵਾਸਤੇ। ਔਰ ਇਸ ਮੌਕੇ ਤੇ ਬੋਲਦੇ ਹੋਏ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਰੇ ਪੰਥਕ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਅਕਾਲੀ ਦਲ ਬਾਦਲ ਨੂੰ ਭਜਾਉਣਾ ਚਾਹੀਦਾ ਹੈ, ਕਿਉਂਕਿ ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਅਦਾਰੇ ਦੀ ਲੁੱਟ ਕਸੁੱਟ ਕੀਤੀ ਹੈ। ਇਸ ਲਈ ਉਹਨਾਂ ਨੇ ਇਸ ਜ਼ਿਲ੍ਹਾ ਪੱਧਰੀ ਕਾਨਫਰੰਸ ਵਿੱਚ ਪਹੁੰਚੀ ਸੰਗਤ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀ ਹੋ ਰਹੀ ਚੋਣ ਵਿੱਚ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਅਤੇ ਬਾਦਲਾਂ ਦੇ ਕਬਜ਼ੇ ਚੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ। ਉਹਨਾਂ ਕਿਹਾ ਕਿ ਬਾਦਲਾਂ ਨੇ ਗੁਰੂ ਘਰ ਦੀਆਂ ਗੋਲਕਾਂ ਨੂੰ ਆਪਣੇ ਨਿੱਜੀ ਕੰਮਾਂ ਲਈ ਵਰਤਿਆ ਹੈ। ਬਚਾਓ ਬਾਦਲ ਪਰਿਵਾਰ ਜਿਹੜਾ ਨਾਗਵਾਲ ਪਾ ਕੇ ਬੈਠਾ, ਅਜਗਰ ਸੱਪ ਦੀ ਤਰ੍ਹਾਂ ਵੱਡੇ ਵੱਡੇ ਸਾਡੇ ਲੀਡਰ ਖਾ ਗਿਆ, ਤੋ ਸਾਹ ਘੁੱਟ ਕੇ ਮਾਰਤੇ ਉਹਨੇ ਅਤੇ ਇੱਕ ਪਰਿਵਾਰ ਨੂੰ ਅੱਗੇ ਲੈ ਆਂਦਾ। ਮੈਂ ਮਾਝੇ ਦੇ ਗਣਾਂ ਅਤੇ ਲਾਲਪੁਰਾ ਉਬੋ ਕੇ ਸੁਖਜਿੰਦਰ ਸਿੰਘ ਜੀ, ਦੁਆਬੇ ਦੇ ਕੁਲਦੀਪ ਸਿੰਘ ਵਡਾਲਾ, ਟੌੜਾ, ਤਲਵੰਡੀ, ਬਰਨਾਲਾ, ਤੋ ਇਹਨਾਂ ਨੂੰ ਮਾਰ ਕੇ ਅਤੇ ਲਿਆਂਦਾ ਸਾਲਾ ਪੁੱਤਰ ਦਾ, ਲਿਆਂਦਾ ਜਵਾਈ, ਤੋ ਇਹ ਭਰਾ ਭਤੀਜੇ, ਇਹ ਪਰਿਵਾਰ ਪਾਲ ਕੇ ਅਤੇ ਜਿਹੜਾ ਹੁਣ ਸੁੱਖ ਲੈ ਰਿਹਾ ਉਹ ਤੁਹਾਡੇ ਸਾਹਮਣੇ ਹੀ ਆ, ਪਰ ਕੌਮ ਦਾ ਬੇੜਾ ਗਰਕ ਕਰ ਗਿਆ। ਕੁਦਰਤੀ ਆ, ਉਹ ਕੁਦਰਤੀ ਆ, ਉਹ ਕੁਦਰਤੀ, ਉੱਧਰ ਪਰਿਵਾਰ ਰਹਿ ਜਾਣਾ ਇਕੱਲਾ, ਉੱਧਰ ਪੁੱਤਰ ਧੀਆਂ ਰਹਿ ਜਾਣੇ ਆ, ਪੰਥ ਇੱਧਰ ਹੀ ਆਊਗਾ। ਮੈਂ ਸਮਰਥਨ ਦੇਖੋ ਜੀ, ਮੈਂ ਤਾਂ ਕਹਿੰਦਾ ਵੀ ਸਾਰੇ ਜਿੰਨੇ ਵੀ ਦਲ ਹੈਗੇ ਆ ਨਾ, ਉਹ ਮਿਲ ਕੇ ਅਤੇ ਗੁਰੂ ਦੇ ਸਿੱਖ ਬਣ ਕੇ ਅਤੇ ਆਪਾਂ ਕਮੇਟੀ ਲੈ ਲਈਏ, ਅਤੇ ਜਿਹੜੀ ਧਾਰਮਿਕ ਸੇਵਾ ਉਹ ਸਾਨੂੰ ਦੇ ਦਿਓ, ਤੁਸੀਂ ਰਾਜਨੀਤੀ ਆਪਣੀ ਕਰਦੇ ਰਹੋ ਜੀ। ਸਮਰਥਨ ਅਸੀਂ ਤਾਂ ਮੰਨੇ ਬੈਠੇ, ਸਾਡੀਆਂ ਤਿੰਨ ਸੰਸਥਾਵਾਂ ਨੇ, ਅਕਾਲ ਤਖ਼ਤ, ਅਕਾਲੀ ਦਲ ਅਤੇ ਕਮੇਟੀ। ਉਹ ਅਕਾਲੀ ਦਲ ਨੂੰ ਕਮਾਂਡ ਦਿੱਤੀ ਸੀ, ਉਹ ਕਮੇਟੀ ਵੀ ਖਾ ਗਿਆ ਅਤੇ ਅਕਾਲ ਤਖ਼ਤ ਵੀ ਖਾ ਗਿਆ। ਹੁਣ ਤਾਂ ਸਾਡੇ ਸਾਹਮਣੇ ਇੱਕੋ ਹੀ ਮਸਲਾ ਵੀ ਅਸੀਂ ਆਪਣੇ ਸਿਧਾਂਤ ਕਿਵੇਂ ਬਚਾਉਣੇ। ਰਾਜਨੀਤੀ ਸਾਡਾ ਕੋਈ ਇੰਟਰਸਟ ਹੁੰਦਾ ਤਾਂ ਮੈਂ ਵੀ ਮਿਨਿਸਟਰ ਆ, ਉਹ ਖਾਧੀ ਕਿਉਂ ਰੱਖਿਆ, ਰਹਿਣ ਹੀ ਨਹੀਂ ਕੁਛ ਦਿੱਤਾ। ਗੋਲਕ ਜਿਹੜੀ ਆ ਇਹ ਤਕਰੀਬਨ ਮੈਨੂੰ ਲੱਗਦਾ ਜਦੋਂ ਤੁਸੀਂ ਇਮਾਨਦਾਰੀ ਨਾਲ ਗਿਣੋਗੇ ਤੋਂ ਡਬਲ ਨਿਕਲੂਗੀ ਜਿੰਨੀ ਅੱਜ ਗਿਣਦੇ ਪਏ। ਤੋ ਗੋਲਕ ਜਿਹੜੀ ਆ ਗਿੰਨੀ ਬੁੱਕ ਦੇ ਵਿੱਚ ਹੀ 1 ਲੱਖ ਬੰਦਾ ਜਿਹੜਾ ਮੱਥਾ ਟੇਕਦਾ, ਕਈ ਸਾਲ ਪਹਿਲਾਂ ਦਾ ਲਿਖਿਆ, ਅਤੇ ਅੱਜ ਛੁੱਟੀਆਂ 'ਚ 2 ਲੱਖ ਦੀ ਆਮਦ ਆ, ਅਤੇ ਇਹ 1.25 ਕਰੋੜ ਦੀ ਰੋਜ਼ ਦੀ ਗੋਲਕ ਹਰਿਮੰਦਰ ਸਾਹਿਬ ਦੀ ਆ, ਅਤੇ ਹਰਿਮੰਦਰ ਸਾਹਿਬ 'ਚ 1 ਨਹੀਂ 3 ਗੋਲਕਾਂ ਤਾਂ ਅੰਦਰ ਆ, ਅਤੇ 20 ਗੋਲਕਾਂ ਇਹਦੇ ਕੰਪਲੈਕਸ ਦੇ ਵਿੱਚ ਨੇ, ਹੋਰ ਨੇ। ਇਹ 20 ਗੋਲਕਾਂ ਜਿਹੜੀਆਂ ਰੋਜ਼ ਦੀਆਂ, ਰੋਜ਼ ਲੋਕ ਮੱਥਾ ਟੇਕਦੇ ਜਿੱਥੇ ਉੱਥੇ ਪਈਆਂ ਨੇ, ਅਤੇ ਇਹ 1.25 ਕਰੋੜ ਘੱਟੋ ਘੱਟ ਮੈਂ ਦੱਸਿਆ ਰੋਜ਼ ਦਾ,
1.25 crore ਤੋਂ ਜ਼ਿਆਦਾ ਪ੍ਰਸ਼ਾਦ ਦੀ ਇਨਕਮ ਆ। ਬਾਬਾ ਦੀਪ ਸਿੰਘ ਜੀ ਦੀ ਵੀ ਇੰਨੀ ਆ, ਉਹ ਸ਼ਹੀਦ ਗੰਜ ਦੀ ਵੀ ਅਤੇ ਪ੍ਰਸ਼ਾਦ ਦੀ ਵੀ। ਤੋ 2.5 crore ਤਾਂ ਇੱਕ ਦਿਨ ਦਾ ਬਣ ਜਾਂਦਾ ਦੋ ਗੁਰਦੁਆਰਿਆਂ ਦਾ, ਅਤੇ 78 ਗੁਰਦੁਆਰੇ ਹੋਰ ਨੇ ਜਿਹੜੇ ਸਿੱਧੇ ਹੀ ਪ੍ਰਬੰਧਕ ਕਮੇਟੀ ਦੇ ਅੰਡਰ ਆਉਂਦੇ ਨੇ। ਤੋ 78 ਗੁਰਦੁਆਰਿਆਂ ਤੋਂ 401 ਗੁਰਦੁਆਰਾ ਉਹ ਆ ਜਿਹੜਾ ਇਸ ਤਰ੍ਹਾਂ ਇਤਿਹਾਸਕ ਆ, ਪਰ ਲੋਕਲ ਕਮੇਟੀਆਂ ਨੇ, ਪਰ ਇੱਥੋਂ ਦੀ ਗੋਰਖ ਜਿਹੜੀ ਉਹ ਪ੍ਰਬੰਧਕ ਕਮੇਟੀ ਦਾ ਇੰਸਪੈਕਟਰ ਖੋਲ੍ਹਦਾ। ਇਹ ਦਸਵੰਧ ਲੈ ਕੇ ਜਾਂਦੇ, ਇਹ ਕਿੱਥੇ ਜਾਂਦਾ 401 ਗੁਰਦੁਆਰੇ ਦਾ? 20,000 ਏਕੜ ਜ਼ਮੀਨਾਂ ਦੀ ਆਮਦਨ ਕਿੱਥੇ ਜਾਂਦੀ ਆ? ਮਾਰਕੀਟਾਂ ਦੇ ਕਿਰਾਏ ਕਿੱਥੇ ਜਾਂਦੇ ਨੇ? ਜਿਹੜੀ ਡੋਨੇਸ਼ਨ ਆਉਂਦੀ ਉਹ ਕਿੱਥੇ ਜਾਂਦੀ ਆ? ਅਤੇ ਫਿਰ ਇਹ ਕਹਿੰਦੇ ਆ ਸਾਡਾ ਬਚਿਆ ਕੁਛ ਨਹੀਂ ਗਾ। ਤੋ ਇਹ 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 ਕੋਈ ਮੰਨ ਸਕਦਾ ਇਸ ਗੱਲ ਨੂੰ ਵੀ ਸਾਡੇ ਈਸਾਈ ਭਰਾ ਨੇ ਉਹਨਾਂ ਦੇ ਗਿਰਜੇ ਇੱਥੇ ਮੱਥਾ ਟੇਕਦੇ ਨੇ? ਜਿਹੜੇ ਗਿਰਜੇ ਚੱਲਦੇ ਨੇ ਇੱਥੇ, ਗਿਰਜਿਆਂ ਦੇ ਵਿੱਚ ਆਮਦਨ ਆਉਂਦੀ ਆ, ਉਹ ਆਪਣੀ ਕਮਾਈ ਵੀ ਕਰਦੇ ਆ, ਬੱਚਿਆਂ ਨੂੰ ਵੀ ਪੜ੍ਹਾਉਂਦੇ ਆ। ਤੋ ਸਾਡੇ ਸਾਡੇ ਪੰਜਾਬ ਦੀ ਬਾਰਡਰ ਬੈਲਟ 'ਤੇ ਸਿੱਖ ਬੱਚਿਆਂ ਨੂੰ ਵੀ ਵਜ਼ੀਫੇ ਵੀ ਦਿੰਦੇ ਆ, ਪੜ੍ਹਾਈ ਲਈ ਫੀਸਾਂ ਵੀ ਮਾਫ਼ ਕਰਦੇ ਆ। ਤੋ ਸਾਡੀ ਢਿੱਡ ਪੀੜ ਹੁੰਦੀ ਹੈ ਕਿ ਸਾਡਾ ਧਰਮ ਬਦਲਿਆ ਬਦਲਦਾ। ਗੁਰਦਾਸਪੁਰ ਦੇ ਜਸਵਿੰਦਰ ਬੇਦੀ ਦੇ ਨਾਲ ਮਮਤਾ ਕੁਮਾਰ ਦੀ ਰਿਪੋਰਟ।